ਸਵੇਰ ਦੇ 5:30 ਹੋ ਗਏ ਜੀ ਅਤੇ ਅੱਜ ਦਾ ਤੁਹਾਨੂੰ ਪਤਾ ਕਿ ਅੱਜ ਦਾ ਦਿਨ ਖਾਸ ਹੈ ਕਿਉਂਕਿ ਅੱਜ ਹੈ ਕਰਵਾ ਚੌਥ ਠੀਕ ਹੈ ਅਤੇ ਗੁੰਜਨ ਤੂੰ ਹੁਣ ਰੱਜ ਕੇ ਖਾ ਲਾ ਰੱਜ ਕੇ ਖਾ ਲਾ ਹੁਣ ਤੂੰ ਪਿਛਲੀ ਵਾਰ ਮੈਂ ਵੀ ਵਰਤ ਰੱਖਿਆ ਸੀਗਾ ਪਤਾ ਗੁੰਜਨ ਹੈ ਨਾ ਮੰਮੀ ਗੁਰੂ ਘਰ ਜਾਂਦੇ ਨੇ ਪਤਾ ਹੀ ਹੈ ਤੁਹਾਨੂੰ ਸਵੇਰੇ ਅਤੇ ਮੰਮੀ ਅਤੇ ਗੁੰਜਨ ਨੇ ਸਵੇਰੇ ਸਵੇਰੇ ਤਿਆਰੀ ਕਰਕੇ ਆਪਣਾ ਖਾਣ ਪੀਣ ਬਣਾ ਕੇ ਸਾਰਾ ਐਨ ਆਪਣੇ ਘਰ ਵਾਲੇ ਦੇ ਲਈ ਲੰਬੀ ਉਮਰ ਦੀ ਵਰਤ ਰੱਖਦੀਆਂ ਨੇ ਪਰ ਮੈਨੇ ਇੱਕ ਗੱਲ ਦੇਖੀ ਸੱਚੀ ਵੀ ਮਤਲਬ ਕਿ ਵੀ ਧੰਨ ਆ ਯਾਰ ਵੀ ਸਾਰਾ ਦਿਨ ਭੁੱਖੀਆਂ ਰਹਿੰਦੀਆਂ ਨੇ ਇਹ ਗੱਲ ਮਤਲਬ ਕਿ ਹੈਗੀ ਆ ਹੈ ਨਾ ਵੀ ਜਿਵੇਂ ਹੁਣ ਦੇਖੋ ਹੁਣ ਮਤਲਬ ਕਿ ਕਿੰਨੇ ਵਜੇ ਤੱਕ ਹੁੰਦਾ ਗੁੰਜਨ ਵੀ ਕਿੰਨੇ ਵਜੇ ਤੱਕ ਖਾ ਲੈਣਾ ਆਪਾਂ ਨੇ ਹੁਣ ਇਸ ਟਾਈਮ ਹੈ ਨਾ ਹਾਂ ਹੁਣ ਬਸ ਵੀ ਉਹੀ ਚੰਦ ਨਿਕਲਣ ਤੋਂ ਪਹਿਲਾਂ ਖਾ ਲਿਆ ਹੁਣ ਚੰਦ ਨਿਕਲੂਗਾ ਫਿਰ ਖਾਣਗੇ ਠੀਕ ਹੈ ਅਤੇ ਚਲੋ ਵਧੀਆ ਗੱਲ ਹੈ ਵੈਸੇ ਚੱਕ ਦੇ ਕੰਮ ਫਿਰ ਹੁਣ ਖਾ ਲਾ ਹੁਣ ਸੁਬਾ ਸੁਬਾ ਖਾਇਆ ਨਹੀਂ ਜਾਂਦਾ ਨਾ ਜ਼ਿਆਦਾ ਖਾਣਾ ਪੈਣਾ ਗੁੰਜਨ ਇਹ ਖਾ ਤੋ ਲਿਓ ਉਸ ਤੋਂ ਬਾਅਦ ਹੀ ਸਾਡਾ ਚੈਨਲ ਬਣਿਆ ਤੇ ਫਿਰ ਅਸੀਂ ਵਲੋਗਿੰਗ ਸਟਾਰਟ ਕੀਤੀ ਆ ਉਹ ਵੀ ਤੁਹਾਡੇ ਪਿਆਰ ਸਦਕਾ ਥੈਂਕ ਯੂ ਸੋ ਮਚ ਸਵੇਰ ਦੇ ਬਾਅਦ ਚੁੱਕੇ ਨੇ 10 हम लोगों ने सोचा था कि हम कल गए थे वैसे मेहंदी लगवाने लेकिन इतना ज़्यादा रश था और हम लगवा नहीं पाए तो हमने सोचा था कि अभी हम सुबह सुबह चले जाएंगे जब कम रश होगा मेहंदी लगवाने पे तो सुबह सुबह निकल जाएंगे लेकिन आज यहाँ पे इतनी बारिश हो गई है ਇਸ ਕਰਕੇ ਮੈਂ ਸੋਚਿਆ ਵੀ ਮੈਂ ਹੀ ਮਹਿੰਦੀ ਲਗਾਉਣਾ ਹੈ ਕਿਉਂਕਿ ਮੈਨੂੰ ਆਰਟ ਦਾ ਕੰਮ ਬਹੁਤ ਵਧੀਆ ਲੱਗਦਾ ਕਰਨਾ ਮੈਨੇ ਫਿਰ ਆਪਣੀ ਮੇਟ ਕੋ ਬੋਲਾ ਕਿ ਕੀਪ ਲੇਤੇ ਹੋਏ ਆ ਜਾਣਾ ਤੇ ਉਹ ਕੀਪ ਲੈ ਆਈ ਤੇ ਹੁਣ ਮੈਂ ਲਾਉਣ ਲੱਗਿਆ ਸੱਤਾ ਕੋ ਮੈਨੇ ਡਿਜ਼ਾਈਨ ਖੋਲ ਕੇ ਦੇ ਦਿਆ ਤੇ ਹੈਲਪ ਤਾਂ ਲੈਣੀ ਪੈਣੀ ਹੈ ਨਾ ਥੋੜੀ ਬੋਦੀ ਦਾ ਇੱਕ ਤਾਂ ਮੇਰੇ ਹੱਥ ਵੀ ਤਾਂ ਛੋਟੇ ਛੋਟੇ ਹੈ ਨਾ ਮੁਸ਼ਕਿਲ ਲੱਗਦੀ ਹੈ ਲਗਾਉਣਾ ਸਿੱਧ ਐਂ ਕਰਨਾ ਹੱਥਾਂ ਵਿੱਚ ਬਸ ਐਂ ਕਰ ਨਹੀਂ ਨਹੀਂ ਹਾਂ ਐਦਾਂ ਹਾਂ ਮੇਰੇ ਤਾਂ ਸੌਫਟ ਹੈ ਨਾ ਨਹੀਂ ਨਹੀਂ ਅਰੇ ਬੜੀ ਹੈ ਬੜੀ ਕਰ ਦੇ ਥੋੜੀ ਜੀ ਤਾਂ ਲਾਤੀ ਮੈਂ ਵਧੀਆ ਬਣਾਇਆ ਤੈਨੂੰ ਮੇਰੇ ਤੇ ਵਿਸ਼ਵਾਸ ਨੀ ਵਧੀਆ ਬਣਾਇਆ ਯਾਰ ਬਾਅਦ ਚ ਜਦੋਂ ਸੁੱਕੂਗੀ ਫਿਰ ਦਿਖਾਵਾਂ ਕੀ ਰਿਜ਼ਲਟ ਹੈ ਅਭੀ ਪੀਛੇ ਲਗਾ ਰਹਾ ਹੈ ਯੈਸ ਮੈਂ ਪਾਸ ਹਾਂ ਮਹਿੰਦੀ ਲਗਾ ਤੀ ਤੇ ਦੂਸਰਾ ਹੱਥ ਵੀ ਦਿਖਾ ਦੇ ਦੂਸਰਾ ਹੱਥ ਵੀ ਤਾਂ ਬਹੁਤ ਹੀ ਉਹਦੇ ਵਿੱਚ ਮੈਂ ਤਾਂ ਪਰ ਗੁੰਜ ਨੇ ਐਸ ਲਿਖਵਾਇਆ ਤੇ ਉਹ ਦਰਅਸਲ ਪਤਾ ਕੀ ਗੱਲ ਉਹ ਮੈਂ ਥੱਕ ਗਿਆ ਸੀਗਾ ਦੂਏ ਹੱਥ 'ਚ ਮੇਰੇ ਤੋਂ ਲੱਗੀ ਨਹੀਂ ਚੱਲ ਫਿਰ ਵੀ ਵਧੀਆ ਲੱਗੀ ਕੀ ਬਣੂਗਾ ਸਾਰੇ ਆਉਂਦਾ ਜਿਹਨਾਂ ਨੇ ਵਰਤ ਰੱਖਿਆ ਮੀਂਹ ਪੈ ਰਿਹਾ ਸਵੇਰ ਦਾ ਸਾਡੇ ਤਾਂ ਪਾਰਕ ਦੇ ਵਿੱਚ ਵੀ ਅੱਜ ਕੁਛ ਨਹੀਂ ਚੱਲਣਾ ਡੀਜੇ ਵੀਜੇ ਕੁਛ ਵੀ ਨਹੀਂ ਚੱਲਣਾ ਅੱਜ ਅਜੇ ਤਾਂ ਪੂਰਾ ਮੀਂਹ ਨਾਲ ਪਾਰਕ ਫੁੱਲ ਹੋਇਆ ਪਿਆ ਹਾਜੀ ਵਾ ਕਿਆ ਬਾਤਾਂ ਨੇ ਕਿੰਨਾ ਘੈਂਟ ਨਜ਼ਾਰਾ ਹੈ ਤਾਂ ਐਸੇ ਤਾਂ ਫੈਲ ਹੀ ਜਾਂਦਾ ਹੈ ਨਹੀਂ ਸੁੰਦਰ ਤਿਆਰ ਹੋਗੇ ਤਾਂ ਰੈਡੀ ਹੈ ਤੇ ਚਲੀਏ ਫਿਰ ਹੁਣ ਟਾਈਮ ਹੋ ਗਿਆ ਲਓ ਜੀ ਅਸੀਂ ਚੱਲੇ ਹਾਂ ਹੁਣ ਤੇ ਗੁੰਜਨ ਹੋ ਗਿਆ ਰੈਡੀ ਵਾਹ ਕਿਆ ਬਾਤ ਹੈ 4:00 ਚਲੀਏ ਕੌਣ ਫਿਰ ਯੋ ਚਲੋ ਹੋ ਗਿਆ ਚਲੋ ਹਾਂ ਵੀ ਗੁੰਜਨ ਭੁੱਖ ਲੱਗੀ ਹੈ ਫਿਰ ਨਹੀਂ ਅਭੀ ਤਾਂ ਨਹੀਂ ਅਭੀ ਤਾਂ ਚਲੋ ਵਧੀਆ ਐਕਟਿਵ ਰਹਿਣਾ ਚਾਹੀਦਾ ਵੈਸੇ ਤੂੰ ਹੈਗੀ ਐਕਟਿਵ ਆ ਬਹੁਤ ਮੇਰੇ ਨਾਲ ਵੈਸੇ ਇਹ ਵਧੀਆ ਐਕਟਿਵ ਰਹਿੰਦੀ ਹੈ ਤੇ ਵਧੀਆ ਤੇ ਅਭੀ ਅਬ ਹਮ ਆਪਣੇ ਫਰੈਂਡਸ ਕੇ ਘਰ ਤੇ ਜਾ ਰਹੇ ਹਾਂ ਦਰਅਸਲ ਨਾ ਸਾਡੇ ਪਾਰਕ ਦੇ ਵਿੱਚ ਹਰੇਕ ਸਾਲ ਹੁੰਦਾ ਇੱਥੇ ਕਰਵਾ ਚੌਥ ਦਾ ਤੇ ਇਸ ਵਾਰ ਤੁਹਾਨੂੰ ਪਤਾ ਮੀਂਹ ਕਰਕੇ ਵੀ ਬੜਾ ਬੁਰਾ ਹਾਲ ਹੋਇਆ ਪਿਆ ਪਾਰਕ ਦੇ ਵਿੱਚ ਤਾਂ ਫੁੱਲ ਹੋਇਆ ਪਿਆ ਉੱਥੇ ਕਿੱਥੇ ਬੈਠੋਗੇ ਤਾਂ ਫਿਰ ਹਮਨੇ ਐਸੀ ਕੁਝ ਫਰੈਂਡਸ ਨੇ ਸੋਚਿਆ ਕਿ ਹਮ ਘਰ ਤੇ ਹੀ ਆਨਲਾਈਨ ਬੈਠ ਕੇ ਪੂਜਾ ਕਰ ਲਈਏ ਹਾਂ ਔਰ ਕਥਾ ਸੁਣ ਲਈਏ ਬਿਲਕੁਲ ਉਹ ਸਭ ਤੋਂ ਵਧੀਆ ਯਾਰ ਚਲੋ ਬਸ ਉਹੀ ਹੁੰਦਾ ਵੀ ਹਾਂ ਉਹੀ ਆ ਵੀ ਚਲੋ ਮੱਥਾ ਟੇਕ ਕੇ ਬਸ ਉਹੀ ਹੁੰਦਾ ਵੀ ਜੋ ਵੀ ਹੁੰਦਾ ਹਨਾ ਤੁਹਾਡੀ ਹੁੰਦਾ ਇੱਕ ਜੋ ਰੀਤੀ ਰਿਵਾਜ ਚੱਲਦੇ ਆਉਂਦੇ ਨੇ ਜੋ ਖਾਣਾ ਪੀਣਾ ਬਸ ਇਹੀ ਟਾਈਮ ਹੁੰਦਾ 3-4 ਵਜੇ ਦਾ ਹਨਾ ਗੁੰਜਨ ਨਹੀਂ ਹਾਂ
कथा सुनने के बाद। अच्छा ठीक है, देख सकते हो देखो बारिश कितनी हो चुकी है, अज हुण भी पै रही है। ओले बड़ा घंट हो गया कौन है ना, ठंड हो गई है। वैसे भी मैनू ठंड पसंद है क्योंकि ठंड दे विच मेरा रंग साफ हो जाता है। दिखाई टीथ, टीथ दिखाई इधर फोन च, इधर कड़बा चौक चल रहा है। कड़बा चौक से बेची तो कड़बा चौक, कड़बा चौक पता क्यों है कि ना तो सूरज निकले ना ही चांद निकल दी सुबह अपना क्योंकि बाहर इन्हें ते मुंह ते बारह बजे हैं इधर रुली हुई है सारी जेड़े साहब ना बाहर मौसम खराब है। चलो जी सूरज अपना फर्ज निभा गया ते हुण चंद दी वारी है। चंद दी वारी है, फर्ज के मैं निभाया बेचारा आई नहीं सवेर दा। तू चमक की रहा गुंजन, बाहर ना जायो इत्थों ही दे दो मीह पैण करके ना। किधरों आंदा हुंदा सूरज, इधरों ही आंदा हुंदा ना। हां इहे जी मेरे ते नहीं, इधर हुंदा गुंजन ऐ जी तो मैं इधर हूं। ऊपर चले जाओ फिर ना, ऊपर चले जाने है ना। ठीक मेन तो यही लगता जो दिने लगे है, जो सूरज ने वफादारी निभाई है चानना तो है, चानना तो है देना ना। फिर सूरज यार चार सूरज चाह बना रही है देखो हम इन्होंने रौनक आ गई फेस से, हम खान की फरी आई है उन्होंने फेस से रौनक आ गई। रौनक हले पानी भी देखे, चाह तो बनी नहीं हले। हाँ पूरी खुश ने, आ देख ला बिल्ली लाई बैठी जी कैटी जपनीत की हाल है। मैं क्या गुंजन एक मिनट की कह रहे हो, टाइम ना लगे बोल के डेढ़ घंटे बाद आंदी है। नहीं भाई मैं लेट नहीं हुंदा, मैं लेट नहीं हुंदा, लेट नहीं हुंदा, मैं तो हुंदा ही नहीं लेट। ठीक है चलो चलिए फिर ओके भी ठीक है। ਅਪਸੀ ਘਰ ਨੂੰ ਜੋ ਸੀਗੀ ਪੂਜਾ ਗੁੰਜਨ ਨੇ ਕਰ ਲਈ, ਗੁੰਜਨ ਦੀ ਪੂਜਾ ਹੋ ਚੁੱਕੀ ਹੈ ਤੇ ਅਸੀਂ ਵਾਪਸ ਜਾ ਰਹੇ ਹਾਂ ਘਰ ਨੂੰ ਵਾਪਸ ਜਾ ਰਹੇ ਹਾਂ। ਮੌਸਮ ਬੜਾ ਘੈਂਟ ਹੈ ਪਰ ਗੁੰਜਨ ਜੇ ਅੱਜ ਚੰਦ ਨਾ ਨਿਕਲਿਆ ਫਿਰ ਸਾਰਿਆਂ ਦਾ ਕੀ ਹਾਲ ਹੋਊਗਾ ਜਿਨ੍ਹਾਂ ਨੇ ਵੀ ਵਰਤ ਰੱਖਿਆ ਹੈ। ਨਿਕਲੂਗਾ ਨਾ, ਚਲੋ ਚਲੋ ਪ੍ਰੇ ਕਰਦੇ ਹਾਂ ਵੀ ਨਿਕਲੇ, ਚਾਹੇ ਥੋੜ੍ਹਾ ਜਿਹਾ ਨਿਕਲੇ, थोड़ा जा निकले पर निकले जरूर क्योंकि मतलब के सारे वर्ड ने वर्त रखा हो अज है ना, तो फिर तो औखा हो जाएगा जो ना निकले। चंद तो चढ़िया नहीं, कद चढ़ूगा इधर ही आना ना। लो जी फाइनली टाइम आ ही गया, हम चांद का वेट कर रहे हैं, असी वेट कर रहे हैं ते बेसब्री से चांद का वेट कर रहे हैं। वैसे भी ना मौसम खराब है, तुहानू पता तारा भी कोई कोई दिंदा, थानू साडी टेरेस दा व्यू दिखाउने एक बार। ओ देखो
टंकी आला फोन दे विच ऐन दींदा देखो लो हुण पूरा ऐन वधिया चढ़ गया मम्मी चावल भी ना हाँ चावल करके मत्था थे ਜਿਹਨਾਂ ਭੁੱਖੇ ਨਹੀਂ ਲੱਗੀ ਹੋਏ ਪੂਰੀਆਂ ਵੀ ਫੁੱਲ ਫੁੱਲ ਆਉਂਦੀਆਂ ਨੇ ਮੰਮੀ ਹੈ ਚਲੋ ਓਕੇ ਬਾਏ ਬਾਏ ਟਾਈਮ ਹੋ ਗਿਆ ਜੀ 8:45 ਤੇ ਚੰਦ ਦੇਖ ਲਿਆ ਮੱਥਾ ਟੇਕ ਲਿਆ ਕੰਫਰਟੇਬਲ ਹੁਣ ਜਿੰਦੀ ਨੇ ਚੇਂਜ ਵੀ ਕਰ ਲਿਆ ਤੇ ਹੁਣ ਜੋ ਵੀ ਖਾਣਾ ਪੀਣਾ ਗੁੰਜਨ ਹੁਣ ਤਿਆਰ ਬੈਠੀ ਆ ਪੀਣੇ ਦੀ ਤਿਆਰੀ ਚੱਲ ਰਹੀ ਤੇ ਬਾਕੀ ਵੀ ਸਾਰਿਆਂ ਨੂੰ ਹੁਣ ਮਤਲਬ ਕਿ ਪੂਰੀ ਵੇਟ ਹੁੰਦੀ ਹੋਗੀ ਵੀ ਕੁਝ ਖਾਈਏ ਹੈਨਾ ਚਲੋ ਵਧੀਆ ਗੱਲ ਹੈ ਖਾਣੇ ਵੀ ਟੂਟ ਰਹੇ ਹੋਗੇ ਆ ਹਾਂ ਚਲੋ ਬਾਕੀ ਇਹ ਸੀਗਾ ਸਾਡਾ ਵਲੌਗ ਅੱਜ ਦਾ ਤੇ ਕਿਵੇਂ ਦਾ ਲੱਗਿਆ ਤੁਹਾਨੂੰ ਵਲੌਗ ਤੇ ਕਮੈਂਟ ਜ਼ਰੂਰ ਕਰਿਓ ਅੱਛੇ ਪਿਆਰੇ ਪਿਆਰੇ ਕਮੈਂਟ ਜ਼ਰੂਰ ਕਰੋ ਹਾਂ ਔਰ ਜਲਦੀ ਸੇ ਜਾ ਕਰ ਅਗਰ ਅਭੀ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਕੋ ਸਬਸਕ੍ਰਾਈਬ ਕਰ ਲੋ ਜਲਦੀ ਸੇ ਜਲਦੀ ਔਰ ਹਮਾਰੇ ਜਲਦੀ ਸੇ ਜਲਦੀ 100K ਸਬਸਕ੍ਰਾਈਬਰਸ ਬਸ ਹੋ ਜਾਣੇ ਨੇ ਠੀਕ ਹੈ ਓਕੇ ਬਾਏ ਬਾਏ ਥੈਂਕ ਯੂ ਸੋ ਮਚ